ਬੀਜੇਪੀ ਦੀ ਆਪਣੀ ਸਟੈਂਡਿੰਗ ਹੈ ਜੀ, ਬੀਜੇਪੀ ਆਪਣੇ ਤੌਰ 'ਤੇ ਕਰਨ ਡਈ ਹੈ। ਹਾਲੇ ਤੱਕ ਤਾਂ ਬੀਜੇਪੀ ਨੇ ਸਵਾਏ ਅਬਜ਼ਰਵਰ ਲਾਉਣ ਦੇ ਕੋਈ ਕੰਮ ਨਹੀਂ ਕੀਤਾ। ਜਿੰਨੀ ਵੀ ਹੁਣ ਤੱਕ ਸੋਸ਼ਲ ਮੀਡੀਆ ਦੀਆਂ ਰਿਪੋਰਟਾਂ ਜਾਂ ਹੋਰ ਗੱਲਾਂ ਬਾਤਾਂ ਆ ਰਹੀਆਂ, ਉਹਦੇ ਮੁਤਾਬਕ ਬੀਜੇਪੀ ਕੋਈ ਗਰਾਊਂਡ ਲੈਵਲ ਦਾ ਲੀਡਰ ਹੀ ਨਹੀਂ ਚੁਣ ਰਹੀ। ਜੋ ਵੀ ਦੋ ਤਿੰਨ ਨਾਂ ਆਉਂਦੇ ਨੇ ਉਹ ਸਾਰੇ ਪਠਾਨਕੋਟ ਸਾਈਡ ਤੋਂ ਆਉਂਦੇ। ਪਠਾਨਕੋਟ ਇਕੱਲਾ ਤਾਂ ਪੂਰੀ ਕੌਂਸਟੀਚੁਐਂਸੀ ਨੂੰ ਫੀਡ ਨਹੀਂ ਕਰ ਸਕਦਾ, ਉੱਧਰ ਸਾਰੀਆਂ ਤਿੰਨ ਕੌਂਸਟੀਚੁਐਂਸੀਆਂ ਪੈਂਦੀਆਂ ਨੇ, ਜਦਕਿ ਪੰਜ ਕੌਂਸਟੀਚੁਐਂਸੀਆਂ ਸਾਈਡ 'ਤੇ ਪੈਂਦੀਆਂ। ਚਾਰ ਤਾਂ ਤਹਿਸੀਲ ਬਟਾਲਾ ਦੀਆਂ ਨੇ, ਬਟਾਲਾ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਕਾਦੀਆਂ, ਇਹ ਚਾਰ ਕੌਂਸਟੀਚੁਐਂਸੀਆਂ ਪੈਂਦੀ। ਫਿਰ ਅੱਗੇ ਆ ਜਾਓ ਤੁਸੀਂ ਆਪਣਾ ਗੁਰਦਾਸਪੁਰ ਦੀ ਪੈਂਦੀ ਹੈ, ਦੀਨਾਨਗਰ ਪੈਂਦੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਇਹ ਦੱਸਦੀਆਂ ਨੇ ਕੈਂਡੀਡੇਟ ਲੈਣ ਤੋਂ ਪਹਿਲੇ ਇਹਨਾਂ ਨੂੰ ਚਾਹੀਦਾ ਵੀ ਐਸਾ ਕੈਂਡੀਡੇਟ ਦੇਖਣ ਜਿਹੜਾ ਇਹਨਾਂ ਸਾਰੀਆਂ ਕੌਂਸਟੀਚੁਐਂਸੀਆਂ 'ਤੇ ਹੋਲਡ ਕਰਦਾ ਹੋਏ। ਇਹਨਾਂ ਸ਼ਰਧਾਂਜਲੀ ਸਮ੍ਰਿਤੀ ਸਮਾਰੋਹ ਕੀਤਾ ਗਿਆ ਦਿੱਲੀ 'ਚ, ਤਾਂ ਦਿੱਲੀ 'ਚ ਸਮ੍ਰਿਤੀ ਕਾਹਦੀ ਹੈ? ਜੇ ਦਿੱਲੀ 'ਚ ਕੋਈ ਸਮ੍ਰਿਤੀ ਅਸੀਂ ਕਰਨੀ ਹੈ ਤਾਂ ਉਹਦੇ ਮੁਤਾਬਕ ਬੜੀ ਕਲੀਅਰ ਕੱਟ ਹੈ, ਇੱਥੇ ਕਰ ਲਿਆ। ਅੱਜ ਹੁਣ ਕਵਿਤਾ ਖੰਨਾ ਜੀ ਆ ਗਏ ਨੇ, ਕਵਿਤਾ ਖੰਨਾ ਜੀ ਮੈਨੂੰ ਕੋਈ ਤਰਾਦ ਨਹੀਂ ਲੜਨ ਇਲੈਕਸ਼ਨ, ਇਲੈਕਸ਼ਨ ਲੜ ਕੇ ਕੀ ਸਾਨੂੰ ਮੈਸੇਜ ਦੇਣਾ ਚਾਹੁੰਦੀ ਭਾਰਤੀ ਜਨਤਾ ਪਾਰਟੀ ਜਾਂ ਕਵਿਤਾ ਖੰਨਾ? ਵੀ ਉਹ ਸੈਲੀਬ੍ਰਿਟੀ ਹੋ ਕੇ ਬੰਬੇ ਚਲੀ ਜਾਏਗੀ, ਆਪਣੇ ਬੱਚਿਆਂ ਕੋਲ ਰਹੇਗੀ, ਆਪਣੇ ਵਪਾਰ 'ਚ ਰਹੇਗੀ, ਇੱਥੇ ਉਹਦਾ ਕੀ ਹੈ? ਸਾਡੇ ਨਾਲ ਡਿਸਟ੍ਰਿਕਟ ਗੁਰਦਾਸਪੁਰ ਦੇ ਬੰਦਿਆਂ ਨਾਲ ਉਹਦਾ ਕੀ ਲੈਣ ਦੇਣ? ਇੱਕ ਹੋਰ ਕੈਂਡੀਡੇਟ ਬਣੇ ਦੇ ਨੇ ਸਲਾਰੀਆ ਸਾਹਿਬ, ਉਹਨਾਂ ਦਾ ਸਾਡੇ ਨਾਲ ਕੀ ਹੈ? ਉਹਨਾਂ ਦਾ ਬੰਬੇ ਬਿਜ਼ਨਸ ਹੈ, ਬੰਬੇ ਸਭ ਕੁਛ ਹੈ। ਇਹ ਠੀਕ ਹੈ, ਉਹ ਇੱਥੋਂ ਇੱਕ ਪਿੰਡ ਤੋਂ ਬਿਲੋਂਗ ਕਰਦੇ ਨੇ, ਦੈਟਸ ਇਨਾਫ। ਕਦੀ ਉਹਨਾਂ ਦੀ ਕੋਈ ਹੋਰ ਕੰਟਰੀਬਿਊਸ਼ਨ, ਕੋਈ ਗੱਲਬਾਤ? ਇਲੈਕਸ਼ਨ ਕਰਕੇ ਕੰਟਰੀਬਿਊਸ਼ਨ ਦੇ ਦੇਣ। ਭਾਰਤੀ ਜਨਤਾ ਪਾਰਟੀ ਨੇ ਅਬਜ਼ਰਵਰ ਲਾਏ ਨੇ, ਪਹਿਲੇ ਤਾਂ ਅਬਜ਼ਰਵਰ ਲਾ ਕੇ ਇਹ ਫਾਈਂਡ ਆਊਟ ਕਰਨ ਵੀ ਕਿਹੜਾ ਕੈਂਡੀਡੇਟ ਜਿਹੜਾ ਹਰ ਪੱਖ ਦੀ ਵੋਟ ਲੈ ਸਕਦਾ। ਵਿਨੋਦ ਖੰਨਾ ਜੀ ਆਏ ਨੇ, ਠੀਕ ਹੈ, ਵਿਨੋਦ ਖੰਨਾ ਨੇ ਪਹਿਲੇ ਟਨਿਓਰ 'ਚ ਬੜਾ ਅੱਛਾ ਕੰਮ ਕੀਤਾ, ਇਹ ਹੁਣ ਲਾਸਟ ਟਨਿਓਰ 'ਚ ਜਿਸ ਉਹਨਾਂ ਦੀ ਮੌਤ ਹੋਈ ਹੈ, ਕੀ ਕੀਤਾ ਉਹਨਾਂ ਨੇ ਹੁਣ ਤਾਂ? ਆਪਣੇ 2 ਸਾਲਾਂ ਦੇ ਟਨਿਓਰ 'ਚ ਉਹਦੇ 2-3 ਟ੍ਰਿਪ ਹੋਣਗੇ, ਉਹਨਾਂ ਟ੍ਰਿਪਾਂ 'ਚ ਕੋਈ ਚੀਜ਼ ਦਿੱਤੀ ਨਹੀਂ। ਜੇ ਮਾੜੀ ਮੋਟੀ ਉਹਦੀ ਕੋਈ ਪ੍ਰੈਜੈਂਸ ਰਹੀ ਵੀ ਹੈ ਤਾਂ ਉਹ ਰਹੀ ਹੈ ਪਠਾਨਕੋਟ ਤੱਕ, ਹੋਰ ਕਿਸੇ ਕੌਂਸਟੀਚੁਐਂਸੀ 'ਚ ਨਹੀਂ ਗਏ। ਡੇਰਾ ਬਾਬਾ ਨਾਨਕ ਕੌਂਸਟੀਚੁਐਂਸੀ ਉਹਨਾਂ ਨੂੰ ਨਹੀਂ ਜਾਣਦੀ, ਫਤਿਹਗੜ੍ਹ ਚੂੜੀਆਂ ਨਹੀਂ ਜਾਣਦੀ, ਕਾਦੀਆਂ ਨਹੀਂ ਜਾਣਦੀ, ਬਟਾਲੇ 1-2 ਗੇੜੇ ਵਾਇਆ ਬਟਾਲਾ ਹੋ ਗਏ ਨੇ ਪਠਾਨਕੋਟ ਜਾਂਦਿਆਂ। ਕੋਈ ਸਪੈਸ਼ਲ ਉਹਨਾਂ ਟਾਈਮ ਦਿੱਤਾ ਹੀ ਨਹੀਂ, ਕੋਈ ਸਪੈਸ਼ਲ ਪ੍ਰੋਜੈਕਟ ਨਹੀਂ ਲਿਆਂਦਾ। ਝੂਠ ਸਾਰੀ ਦੁਨੀਆ ਬੋਲਦੀ ਰਹੀ, ਪ੍ਰਤਾਪ ਬਾਜਵਾ ਵੀ ਝੂਠ ਬੋਲ ਗਿਆ, ਵਿਨੋਦ ਖੰਨਾ ਵੀ ਝੂਠ ਬੋਲ ਗਿਆ, ਨਵਜੋਤ ਸਿੱਧੂ ਵੀ ਝੂਠ ਬੋਲ ਗਿਆ ਵੀ ਅਸੀਂ ਰੇਲਵੇ ਲਾਈਨ ਬਣਾ ਰਹੇ ਹਾਂ, ਕਾਦੀਆਂ ਲਈ ਬਣਾ ਰਹੇ ਹਾਂ, ਫਲਾਣੀ। ਕੋਈ ਚੀਜ਼ ਹੈ ਹੀ ਨਹੀਂ। ਧਰਾਤਲ 'ਤੇ ਕਿਸੇ ਇਨਸਾਨ ਨੇ ਸਾਡੇ ਲਈ ਕੋਈ ਕੰਮ ਨਹੀਂ ਕੀਤਾ। ਮੈਂ ਆਪਣੇ ਤੌਰ 'ਤੇ ਟਰਾਈ ਕੀਤੀ ਹੈ, ਲਾਸਟ ਮੈਂ ਮਿਲ ਕੇ ਆਇਆ ਪਿਛਲੇ ਹਫ਼ਤੇ ਹੀ, ਆਪਣਾ ਅਰੁਣ ਜੇਟਲੀ ਜੀ ਨੂੰ ਮਿਲਿਆ, ਜਦ ਮੈਂ ਪ੍ਰੈਜੀਡੈਂਟ ਨੂੰ ਮਿਲਿਆ ਨਾਲ ਅਰੁਣ ਜੇਟਲੀ ਨੂੰ ਮਿਲਿਆ, ਉਹਨਾਂ ਨੂੰ ਦੱਸੀ ਸਾਰੀ ਗੱਲਬਾਤ, ਉਹਨਾਂ ਨੂੰ ਮੁਆਵਜ਼ਾ ਕੀਤਾ, ਕਿਉਂਕਿ ਅੱਜ ਦੀ ਸਥਿਤੀ ਬੜੀ ਉਲਟ ਹੈ। ਜੋ ਪਹਿਲੇ ਸਾਡੀ ਸਥਿਤੀ ਹੁੰਦੀ ਸੀ ਨਾ, ਉਹ ਸਥਿਤੀ ਨਹੀਂ ਹੁਣ। ਪਹਿਲੇ ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਦੇ ਮਿਲ ਕੇ 7-8 MLA ਰਹੇ ਨੇ, 1-2 ਹੁੰਦੇ ਰਹੇ ਨੇ ਕਾਂਗਰਸ ਦੇ। ਹੁਣ ਐਤਕੀ 8 ਕਾਂਗਰਸ ਦੇ ਨੇ ਅਤੇ 2 ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਦੇ, ਬਿਲਕੁਲ ਸਥਿਤੀ ਉਲਟ ਗਈ। ਔਰ ਸਭ ਤੋਂ ਵੱਡੀ ਗੱਲ ਹੈ, ਕਾਂਗਰਸ ਰੂਲਿੰਗ ਹੈ, ਕਾਂਗਰਸ ਨੇ ਜ਼ੋਰ ਲਾਉਣਾ। ਜੇ ਕੋਈ ਪ੍ਰੋਫਿਟ ਮਿਲ ਸਕਦਾ ਤਾਂ ਲੋਕਲ ਕੈਂਡੀਡੇਟ ਲਈ ਮਿਲ ਸਕਦਾ, ਹੀ ਮੇ ਬੀ ਐਨੀ ਵਨ। ਇਹ ਨਹੀਂ ਕਹਿੰਦਾ ਮੈਂ ਬਹੁਤ ਖੂਬਸੂਰਤ ਹਾਂ, ਮੈਨੂੰ ਦਿੱਤਾ ਜਾਏ, ਮੈਂ ਤਕੜਾ, ਮੈਨੂੰ ਦਿੱਤਾ ਜਾਏ, ਨਹੀਂ। ਪਾਰਟੀ ਨੂੰ ਸੋਚਣਾ ਚਾਹੀਦਾ ਕਿਹੜਾ ਬੰਦਾ ਕਰ ਸਕਦਾ। ਕਿ ਸੁਖਬੀਰ ਬਾਦਲ ਸਿਰਫ ਪੰਜਾਬ ਗੁਰਦਾਸਪੁਰ 'ਚ ਇਸ ਕਰਕੇ ਘੁੰਮ ਰਿਹਾ ਕਿ ਪਾਰਲੀਮੈਂਟ ਦੀ ਇਲੈਕਸ਼ਨ ਆ ਰਹੀ ਆ, ਔਰ ਇਹ ਸਿਰਫ ਇਹਨਾਂ ਹਲਕਿਆਂ 'ਚ ਪਹੁੰਚ ਰਿਹਾ, ਕਿਤੇ ਪੰਜਾਬ 'ਚ ਨਹੀਂ ਜਾਏਗਾ। ਸਾਡੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੈ, ਲੋਕਾਂ ਨੇ 7-10 MLA ਨੇ ਇੱਥੋਂ ਲੋਕ ਸਭਾ ਪਾਰਲੀਮੈਂਟ 'ਚੋਂ, ਉਹਦੇ 'ਚੋਂ ਅਸੀਂ 8 ਜਿੱਤੇ ਹਾਂ, ਔਰ ਲੋਕਾਂ ਨੇ ਜਿਹੜਾ ਫਤਵਾ ਦਿੱਤਾ
कैप्टन अमरिंदर सिंह के हक च असी 8 की बजाए 10 हलकों चों जीत के और इतिहास रचांगे गुरदासपुर डिस्ट्रिक्ट का जिहड़ा भी कांग्रेस हाई कमांड कैप्टन अमरिंदर सिंह सानूं मैंबर पार्लीमेंट का कैंडीडेट नहीं असी दिहाड़ में जी तैयार है जी असी तो वेखो कल इलेक्शन लड़ के हटे हैं बाकी थावां दे उत्ते तैयार है और लोगों के रोह है इन्हों के खिलाफ चौं महीनों के ही इन्हों का तो इस वे वो हाल होया पाया भी लोग नको नक दुखी होए पे ने इस करके इलेक्शन होती है इलेक्शन लड़ांगे पूरे जोर के नाल इलेक्शन लड़ांगे और ये कांग्रेस की दंद कट्ठे कराएंगे बीजेपी वेखो ये ठीक है बीजेपी के कुछ लोग बेईमान ने जिन्होंने बटाले साडे नाल बहुत धक्का किया पर सियाने की बेईमान वाल वेख के बेईमान थोड़ा हो जाना असी अपनी पार्टी का हुक्म मनना वो भी सुरेश भाटिया वर्गे चंगे बंदे है अशोक मोडगिल से पल्ले होनी सी प्रधावे होनी सी जिन्ह ने साडा साथ दिता सी उन्होंने ऋणी हाँ और उन्होंने नंगिया जरूर करांगे पार्टी कहांगे कि जेडे कांग्रेस नाल अलायंस करके बीजेपी भी मौजा लुटते हैं तो कांग्रेस भी मौजा च लुटते हैं जिन्हों का उन्होंने कुछ ना कुछ उन्होंने नक् च नत्त पाउंदी जरूर सरकार नू अपने नू अपनी पार्टी नू बेनती करांगे कि इन्हों का पूरा हाल हवाल ठीक किया जाए जनता पार्टी गुरदासपुर की सीट पिछले ऑलमोस्ट 20 साल से बीजेपी के पास है बीजेपी अकाली दल कमाई के पास है मुझे नहीं लग रहा है कोई ऐसी नई रणनीति की जरूरत है करने की क्योंकि हम लोग तो वैसे ही सीट जीत रहे हैं हमारी सीट है और ये सीट हम हारे नहीं है ये तो अनफॉर्चुनेटली विनोद जी का निधन होने के बाद ये बाई इलेक्शन आए हैं और जहां तक बीजेपी का सवाल है सीट 101% हम पहले से ज्यादा मार्जिन से जीत रहे हैं क्योंकि ये सीट हमारे सेंटर की नीतियों पे डिपेंड है हमारे प्रधानमंत्री जी की जो सोच है देश के लिए देश के लोगों के लिए और लोगों की प्रोग्रेस के लिए मुझे पूरा यकीन है कि हर बच्चा गुरदासपुर लोकसभा का जानता है कि मोदी जी क्या है वो क्या कर सकते हैं और क्या करने वाले हैं उसको ध्यान में रखते हुए मुझे लग रहा है हमें सिर्फ नॉमिनेशन फाइल करना है और इस सीट ऑटोमेटिकली बीजेपी को जाएगी क्योंकि इसमें कुछ रणनीति बनाने जैसी कोई जरूरत नहीं है कांग्रेस की बात करते हो कौन सी कांग्रेस कौन सी रणनीति अकाली दल हमारे सहयोगी हैं और मुझे पूरा यकीन है सबका साथ सबका विकास मोदी जी का नारा है हमें आगे लेके जाएगा और वन साइड जीतोगे।